ਹਨੇ ਮਿਠਿਆ ਉਹ ਸਿਲੈਕਟਡ ਨੋ ਤੇ ਨਾਇਲ ਨੂੰ ਠਾਕੇ ਤਜਰਬਾਕਾਰ ਤੇ ਹਲ ਬੰਦਾ ਲਿਆਂਦਾ ਨਾ ਖੇਡਾਂ ਪਿਆ ਕਰਦਾ ਤੁਸੀਂ ਖੇਡਾਂ ਪਵੇਨੇ ਹੋ ਮੈਨੇ ਇੱਕ ਬੜੀ ਵਧੀਆ ਗਾਲ ਯਾਦ ਆ ਗਈ ਇਹ ਤੇ ਮੈਂ ਆਖਿਆ ਸੁਣਾਵਾਂ ਤੁਹਾਨੂੰ ਚਾ ਸੂਸੀ ਬੜਾ ਸੱਚਾ ਵਾਕਿਆ ਹੈ ਜਿਵੇਂ ਇੰਗਲੈਂਡ ਵਾਲਿਆਂ ਖਲੋਨੀਆਂ ਬਣਾਈਆਂ ਨਾ ਸਾਡਾ ਮੁਲਕ ਤੇ ਅਫਰੀਕਾ ਇਤਿਹਾਸ ਛੱਡਦੇ ਤੇ ਲੱਗੇ ਇੰਜੇ ਨਾ ਸਪੇਨ ਵਾਲਿਆਂ ਬੜੀਆਂ ਕਲੋਨੀਆਂ ਬਣਾਈਆਂ ਲੇਕਿਨ ਉਹ ਆਉਣਾ ਇੰਡੀਆ ਚਾਹੰਦੇ ਆਂ ਟੋਰ ਲਾਤੀਨੀ ਅਮਰੀਕਾ ਦਿਆਂ ਮੁਲਕਾਂ ਚ ਗਿਆ ਇਕਵਾਡੋਰ ਕੋਲੰਬੀਆ ਬ੍ਰਾਜ਼ੀਲ ਉਹਦੇ ਜਿੱਦੇ ਵੀ ਖੈਰ ਦੋ ਲਤੂਨਾ ਵੀ ਬੜੀ ਲੁੱਟੀ ਤੇ ਲਿਆਂਦੀ ਬਾਦਸ਼ਾਹ ਸਪੇਨ ਦੇ ਦਾ ਜਹਾਜ਼ ਸੋਨੇ ਦਾ ਲੁੱਟਿਆ ਲਾਤੀਨੀ ਅਮਰੀਕਾ ਚੋਂ ਸਮੁੰਦਰ ਦੇ ਰਾਸਤੇ ਸਪੇਨ ਆਉਂਦਾ ਹੀ ਪਿਆ ਜਾਜ਼ ਅਧਰਾ ਵਿਸ਼ਕਾਰ ਸਮੁੰਦਰ ਦੇ ਜਥੜੇ ਅਪੜੇ ਆ ਤੇ ਖਰਾਬ ਹੋ ਗਿਆ ਜਾਜ਼ ਦੇ ਜਿਹੜੇ ਅਮਲੇ ਆ ਅਮਲਾ ਜਿਹੜੇ ਉਹਦੇ ਵਿੱਚ ਇੰਜੀਨੀਅਰਾਂ ਨੂੰ ਨਾ ਬੜੀ ਟਰਾਈ ਕੀਤੀ ਬੜੀ ਕੋਸ਼ਿਸ਼ ਕੀਤੀ ਜਾਜ਼ ਕੋਈ ਠੀਕ ਨਾ ਹੋਵੇ ਸਾਰਾ ਟੇ ਲਾਲ ਹੈ ਬੜਾ ਪਰੇਸ਼ਾਨ ਮਹਨੂ ਮੁਲਕ ਚ ਵਾਪਸ ਆ ਜਿਹੜੀ ਉਹ ਨਿੱਕੀ ਛੇਪੀਆਂ ਬੇੜੀਆਂ ਜਾਂ ਫੇਰੀ ਹੁੰਦੀ ਉਹਦੇ ਜ਼ਰੀਏ ਸਪੇਨ ਅਪੜੇ ਤੋਂ ਨਾ ਬਾਦਸ਼ਾਹ ਨੇ ਇਤਲਾਹ ਦਿੱਤੀ ਤੇ ਬਾਦਸ਼ਾਹ ਆਪਣੇ ਮੰਨੇ ਪ੍ਰਵੰਨੇ ਇੰਜੀਨੀਅਰ ਜਿਹੜੇ ਨੇ ਉਹ ਗੱਲ ਲਏ ਉਹਨਾਂ ਜਾ ਕੇ ਜਹਾਜ਼ ਤੇ ਸਾਰਾ ਢੇਲ ਲਾਇਆ ਜਹਾਜ਼ ਠੀਕ ਕੋਈ ਨਾ ਹੋਵੇ ਬੜੀ ਪਰੇਸ਼ਾਨੀ ਇਤਨਾ ਸੋਨਾ ਮਾਲ ਮਤਾ ਕਾਢ ਕੇ ਸਪੇਨ ਨਿਕੀਆਂ ਮੇੜੀਆਂ ਤੇ ਲੈ ਜਾਣਾ ਵੀ ਉਸ ਲਈ ਬੜਾ ਔਖਾ ਹੀ ਕੋਈ ਵਾਹ ਨਾ ਲੱਗੀ ਬਾਦਸ਼ਾਹ ਬੜਾ ਪਰੇਸ਼ਾਨ ਪੂਰੇ ਮੁਲਕ ਜੋ ਉਸ ਮਨਾਦੀ ਕਰਾਈ ਤੂੰ ਕਿਹ ਸਿਆਣੇ ਦੱਸਿਆ ਬਈ ਇੱਕ ਬੁੱਢੜਾ ਜਿਹਾ ਇੰਜੀਨੀਅਰ ਹੈ ਉਹ ਵਗਰ ਜਾਵੇ ਨਾ ਉਹ ਇਸ ਜਹਾਜ਼ ਨੂੰ ਠੀਕ ਕਰ ਸਕਦਾ ਲੋ ਜੀ ਉਸ ਬੁੱਢੇ ਇੰਜੀਨੀਅਰ ਨੂੰ ਢੂਡੇ ਆ ਗਿਆ ਬੜੀ ਕੋਸ਼ਿਸ਼ ਤੋਂ ਬਾਅਦ ਉਹ ਲਬਿਆ ਉਹਦੇ ਨਾਲ ਗੱਲ ਕੀਤੀ ਉਹਨਾਂ ਤੇ ਬਾਦਸ਼ਾਹ ਆਖਿਆ ਬਾ ਕੀ ਸਰਵਿਸਸ ਦੇ ਚਾਰਜਸ ਕੀ ਲੈ ਸੋਸਾ ਆਖਿਆ ਉਹ ਬਾਦ ਚੋਪੜੋ ਮੈਂ ਲੈ ਚੱਲੋ ਮੈਂ ਇੱਕ ਵਾਰੀ ਜਹਾਜ਼ ਜਿਹੜਾ ਠੀਕ ਹਨਾ ਬਾਦਸ਼ਾਹ ਆਖਿਆ ਤੂੰ ਠੀਕ ਕਰ ਜੋ ਤੂੰ ਆਖਿਆ ਤੇ ਲਬੀ ਉਸ ਆਖਿਆ ਠੀਕ ਉਹ ਬੁੜਾ ਟੋਰ ਗਿਆ ਉਸ ਜਾ ਕੇ ਜਹਾਜ਼ ਦਾ ਮੁਆਇਨਾ ਕੀਤਾ ਸਾਰੇ ਜਹਾਜ਼ ਦੇ ਇੰਜਣ ਨੂੰ ਧਿਆਨ ਨਾਲ ਵੇਖਦਾ ਰਿਹਾ ਇੱਕੀ ਥਾਵਾਂ ਜਾ ਕੇ ਨਾ ਇੰਜਣ ਤੇ ਨਖਲੋ ਗਿਆ ਤੇ ਉਸ ਆਖਿਆ ਬਾਏ ਇੱਕ ਨਾ ਥੋੜਾ ਜਿਹਾ ਲਿਆਓ ਥੋੜਾ ਉਹਨਾਂ ਲੈ ਆਂਦਾ ਉਹਦਾ ਕਿਆ ਬਾ ਐਸ ਜਗ੍ਹਾ ਤੇ ਨਾ ਇੱਕ ਪੁਆਇੰਟ ਉਸ ਦਾ ਸਿਆਦੇ ਉੱਤੇ ਨਾ ਥੋੜਾ ਮਾਰ ਚੇਕ ਇੱਕ ਹੀ ਜਵਾਨ ਨੇ ਤਕੜਾ ਜਿਆ ਨਾ ਥੋੜਾ ਮਾਰਿਆ ਉਸਾ ਕਿਆ ਸਟਾਰਟ ਕਰੋ ਉਹਨਾਂ ਕੀਤਾ ਨਾ ਹੋਇਆ ਉਸਾ ਕਿਆ ਮੂਣ ਮਾਰੋ ਮੂਣ ਮਾਰਿਆ ਖੈਰ ਗੱਲ ਕਿਹੜੀ ਦੂਤਰੋਂ ਥੋੜਿਆਂ ਤੋਂ ਬਾਅਦ ਨਾਲ ਜਹਾਜ਼ ਸਟਾਰਟ ਹੋ ਗਿਆ ਤੇ ਜਹਾਜ਼ ਸੋਨੇ ਦਾ ਤੇ ਮਤਾ ਦਾ ਭਰਿਆ ਸਪੇਨ ਅਪੜਿਆ ਤੇ ਬੁੜੀ ਬੰਦਰਗਾਹ ਤੇ ਵਾਲਗਾ ਵਾਲੇ ਹਾਨਾ ਇਸ ਤੱਕ ਬਾਲ ਤੇ ਰੋਲੇ ਲਾਲਾ ਸ਼ਾਬਾ ਬਾਦਸ਼ਾਹ ਆਪ ਆਇਆ ਕੁਛੋ ਕੇ ਪੂਰੀ ਦੁਨੀਆ ਦੇ ਸਾਹਮਣੇ ਬਾਦਸ਼ਾਹ ਆਖਿਆ ਮੰਗ ਜੋ ਕੋਈ ਮੰਗਣਾ ਹੈ ਬੁੱਢੜੇ ਕੋਲ ਉਹ ਸਾਖਿਆ ਬਾਝਾ ਸਲਾਮਤ ਦੇਣਾ ਮਉਣ ਪੁੱਛਿਆ ਕਦੇਵਾ ਦੇ ਬਾਦਸ਼ਾਹ ਦੀ ਗੱਲ ਹੀ ਹੁੰਦੂ ਸਾਖਿਆ ਮੈਂ ਅੱਧਾ ਸੋਨਾ ਲੈਣਾ ਹਜਾਜ਼ ਵੇ ਜਿਤਨਾ ਬਾਦਸ਼ਾਹ ਬੜਾ ਹੈਰਾਨ ਹੋ ਪਰ ਸਾਖਿਆ ਠੀਕ ਹੈ ਦਿੱਤਾ ਐਲਾਨ ਹੋ ਗਿਆ ਉਹ ਬਾਦਸ਼ਾਹ ਜੇ ਐਲਾਨ ਉਪਰ ਅਜੇ ਦਫ਼ਤਰ ਵੜਦੇ ਹੀ ਆਈ ਪਿਆ ਜਿੱਦੇ ਵੀ ਕਮਰੇ ਚ ਅੰਦਰ ਤੀ ਉਹਦੇ ਜਿਹੜੇ مشیر ਨੇ ਉਹਨਾਂ ਦਸਣਾ ਸ਼ੁਰੂ ਕੀਤਾ ਜਿਸ ਕੀਤਾ ਕੀ ਇਹਦੀ ਮਤਲਬ ਇਹ ਕਹਿੰਦਾ ਇਹ ਸਦਾ ਸੋਨਾ ਲੈਣਾ ਕਿਹੜੀ ਇਹਦੀ ਏਡੀ ਮਿਹਨਤ ਹੈ ਬਾ ਉਲਟਾ ਥੋੜਾ ਵੀ ਦੂਜਿਆਂ ਮਾਰਿਆ ਸੋ ਵੀ ਨਹੀਂ ਮਾਰਿਆ ਬਾਦਸ਼ਾਹ ਨੂੰ ਨਾ ਸੋਚਣੇ ਤੇ ਮਜਬੂਰ ਕੀਤਾ ਪਹਿਲੋ ਤਾਂ ਬਾਦਸ਼ਾਹ ਦਾ ਰਿਆ ਨਹੀਂ ਨਹੀਂ ਹੁਣ ਮੈਂ ਗੱਲ ਕਾ ਛੜੀ ਪਰ ਅਖੀਰ ਬਾਦਸ਼ਾਹ ਨੇ ਬੁਲਾਇਆ ਉਹਨਾਂ ਕਹਿਆ ਤੂੰ ਕਹਿੰਦੀ ਏਡੀ ਡਿਮਾਂਡ ਕੀਤੀ ਇਤਨੀ ਮਜ਼ਦੂਰੀ ਤੂੰ ਕੀਤਾ ਕਿ ਉਹ ਕਹਿਆ ਬਾਦਸ਼ਾਹ ਸਲਾਮਤ ਤੇ ਗੱਲ ਸੱਚੀ ਹੈ ਮੈਂ ਮਜ਼ਦੂਰੀ ਥੋੜਾ ਮਾਰਨੇ ਦੀ ਨਹੀਂ ਲਈ ਮੈਂ ਮਜ਼ਦੂਰੀ ساری ਉਮਰ ਦੇ ਤਜਰਬੇ ਦੀ ਲਈ ਹੈ ਜਿਹੜਾ ਮੈਂ ਦੱਸਿਆ ਥੋੜਾ ਇੱਥੇ ਮਾਰੋ ਤੁਸੀਂ ਨਹੀਂ ਤੂੰ ਨਹੀਂ ਸਟਾਰਟ ਕਰ ਲੈਣਾਈ ਗੱਲ ਓਏ ਇਹ ਉਹਨੇ ਦੀ ਮੁਸ਼ਾਹਬਤ ਚ ਬਾਏ ਨਾ ਕੋਈ ਨਹੀਂ ਇਹ ਦੇਖੋ ਬਿਲਕੁਲ ਨਾ ਥੋੜਾ ਪਿਆ ਲੱਗਦਾ ਹੈ ਲਾਏ ਦਾ ਤਜਰਬਾ ਕੋ ਕੰਮ ਆਉਂਦਾ ਪਿਆ ਤੇ ਬੁਲਕਦਾ ਉੱਕੋ ਕੋਈ ਹੱਲ ਨਹੀਂ ਰਿਆ ਹਸਦਰੋ ਵਸਦਰੋ ਉੱਚਿਆ ਟਾਲੰਜ ਰੋ ਤੇ ਜੇ ਵੀਡੀਓ ਨਾਲ ਸ਼ੇਅਰ ਕਰੋ ਤੇ ਅੱਲਾਹ ਕਰੇ ਸਕੀਮ ਦਾ 2000 ਵੇ ਦਵਾਨਾ ਲੱਭੇ ਰੱਬ ਸੁਣ ਲਵੇ ਹਵਾਲੇ